ਬਾਕੀ ਜਿਹੜੇ ਪੈਸੇ ਗਏ ਹੁੰਦੇ ਪਤਾ ਉਹਨੂੰ ਅੰਕਲ ਜੀ ਅੰਕਲ ਜੀ ਨੰਗਾ ਕਰ ਦੋ ਅਰੇ ਦੋ ਜਣੇ ਨਾਲ ਦਰਖਾਸਤ ਪੜਾਂਗੇ ਤੇ ਮਾਮਲਾ ਹੋਵੇ ਦੱਸ ਵੀ ਦਿੱਤਾ ਮਾਮਲਾ ਸਾਰਾ ਥੋੜਾ ਜਿਹਾ ਤੁਸੀਂ ਦੱਸ ਦਿਓ ਮਾਮਲਾ ਕੀ ਜਿਹੜਾ ਟ੍ਰਾਂਸਫਰ ਕਰਾਏ ਉਹਨਾਂ ਨੇ ਪੈਸੇ ਦਿੱਲੀ ਤੋਂ ਆਇਆ ਮੁੰਡਾ ਜਿਹੜਾ ਕੰਪਲੇਂਟ ਦਿੱਤੀ ਉਹਦੀ ਕੰਪਲੇਂਟ ਦਿੱਤੀ ਕੰਪਲੇਂਟ ਕਰਨੇ ਉਹਦੀ ਤਫਤੀਸ਼ ਕਰਨੇ ਆ ਜੋ ਸਾਹਮਣੇ ਆਊਗਾ ਕਾਰਵਾਈ ਕਰਾਂਗੇ ਕਿਹੜੇ ਨਾਂ ਦੇ ਵਿਅਕਤੀ ਨੇ ਤੁਹਾਨੂੰ ਕੰਪਲੇਂਟ ਦਿੱਤੀ ਆ ਥੋੜਾ ਰਹਿਣ ਵਾਲਾ ਪ੍ਰਦੀਪ ਕੁਮਾਰ ਦਿੱਤੀ ਤਨਖਾਹ ਤੇ ਕਿੰਨੇ ਪੈਸੇ ਇਹਨਾਂ ਕੋਲੋਂ ਪ੍ਰਦੀਪ ਕੁਮਾਰ ਕੋਲੋਂ ਪਾਏ ਇਹ ਪੈਸੇ ਚੇਂਜਿੰਗ ਦਾ ਕੰਮ ਕਰਦੇ ਆ ਜੀ ਉਹ 3000 ਰੁਪਇਆ ਪਾਇਆ ਆਪਣੇ ਅਕਾਊਂਟ ਦੇ ਵਿੱਚ ਸਾਈਬਰ ਕ੍ਰਾਈਮ ਦਾ ਮੈਟਰ ਆ ਇਹ ਤਾਂ ਹੋ ਸਕਦਾ ਕੰਪਲੇਂਟ ਜਿਹੜੀ ਸਾਈਬਰ ਕ੍ਰਾਈਮ ਭੇਜਾਂਗੇ ਜਿਹੜੇ ਲੜਕੇ ਨੇ ਪਾਇਆ ਦਾ ਕੀ ਨਾਂ ਤੇ ਕਿੱਥੋਂ ਦਾ ਰਹਿਣ ਵਾਲਾ ਉਹ ਦਿੱਲੀ ਦਾ ਰਹਿਣ ਵਾਲਾ ਉਹ ਲੜਕਾ ਪੁੱਛਦੇ ਨਾਂ ਨੂੰ ਉਹਦਾ ਕੀ ਐਡਰੈਸ ਪ੍ਰੋਪਰ ਇਹ ਆਏ ਹੀ ਆ ਉਹ ਜੋ ਤੂੰ ਉਹਦੇ ਬਾਰੇ ਸਾਰਾ ਕਲੀਅਰ ਕਰਕੇ ਦੱਸਾਂਗੇ